ਘਰ ਦੇ ਬਾਹਰ ਬੈਠੀ ਇੱਕ ਔਰਤ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਘਟਨਾ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤੇ ਚਾਰ ਬਦਮਾਸ਼ਾਂ ਦੇ ਵੱਲੋਂ ਤੇਜ਼ ਧਾਰ ਹਥਿਆਰਾਂ ਦੇ ਨਾਲ ਇਹ ਹਮਲਾ ਕੀਤਾ ਗਿਆ। ਪੈਦਲ ਇਹ ਚਾਰੋਂ ਬਦਮਾਸ਼ ਆਉਂਦੇ ਨੇ ਤੇ ਆਉਂਦੇ ਸਾਰ ਹੀ ਘਰ ਦੇ ਬਾਹਰ ਬੈਠੀ ਇੱਕ ਔਰਤ ਦੇ ਉੱਤੇ ਬੇਸਬਾਲ ਅਤੇ ਕਿਰਪਾਨਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਜਿਸ ਦੇ ਵਿੱਚ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਤਾਂ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਛੋਟੀ ਜਿਹੀ ਉਮਰ ਦੇ ਇਹ ਬਦਮਾਸ਼ ਲੱਗ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਔਰਤ ਦੇ ਉੱਤੇ ਹਮਲਾ ਕੀਤਾ ਗਿਆ। ਤਾਂ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਘਰ ਦੇ ਬਾਹਰ ਦੋ ਔਰਤਾਂ ਬੈਠੀਆਂ ਕੁਰਸੀ 'ਤੇ ਨਜ਼ਰ ਆ ਰਹੀਆਂ ਨੇ ਅਤੇ ਇਹ ਚਾਰੋਂ ਬਦਮਾਸ਼ ਜਦੋਂ ਮੋੜ ਤੋਂ ਮੁੜਦੇ ਨੇ ਤਾਂ ਹਥਿਆਰ ਇਹਨਾਂ ਦੇ ਹੱਥਾਂ ਦੇ ਵਿੱਚ ਹੁੰਦੇ ਨੇ। ਹਾਲਾਂਕਿ ਜਿਵੇਂ ਹੀ ਇਹ ਔਰਤ ਦੇ ਕੋਲ ਪਹੁੰਚਦੇ ਨੇ ਤਾਂ ਬਿਨਾਂ ਦੇਖੇ ਉਸ ਔਰਤ ਦੇ ਉੱਤੇ ਤਾਬੜ ਤੋੜ ਹਮਲੇ ਕਰ ਦਿੰਦੇ ਨੇ। ਦੇਖਿਆ ਜਾਵੇ ਤਾਂ ਔਰਤ ਜੋ ਹੈ ਮੁੱਦੇ ਮੂੰਹ ਜ਼ਮੀਨ 'ਤੇ ਡਿੱਗ ਜਾਂਦੀ ਹੈ ਅਤੇ ਉਸਦੇ ਦੱਸਿਆ ਜਾ ਰਿਹਾ ਕਿ ਕਾਫ਼ੀ ਗੁੱਝੀਆਂ ਸੱਟਾਂ ਲੱਗੀਆਂ ਨੇ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਹੀ ਜੋ ਔਰਤ ਦਾ ਬੇਟਾ ਹੈ ਉਸਦਾ ਕਹਿਣਾ ਕਿ ਉਹ ਇੱਥੇ 4 ਸਾਲ ਪਹਿਲਾਂ ਹੀ ਘਰ ਲੈ ਕੇ ਰਹਿਣ ਦੇ ਲਈ ਆਏ ਨੇ ਪਰ ਅਚਾਨਕ ਹੀ ਕਿਸੇ ਦੇ ਵੱਲੋਂ ਇਹ ਹਮਲਾ ਕਰ ਦਿੱਤਾ ਗਿਆ। ਉਹਨਾਂ ਦੀ ਕਿਸੇ ਦੇ ਨਾਲ ਵੀ ਕੋਈ ਪੁਰਾਣੀ ਰੰਜਿਸ਼ ਨਹੀਂ ਹੈ। ਆਖਰ ਇਹ ਹਮਲਾ ਕਿਉਂ ਕੀਤਾ ਗਿਆ ਇਸ ਦੇ ਲਈ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਗੁਹਾਰ ਲਗਾਈ ਗਈ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ। ਹਾਲਾਂਕਿ ਮੌਕੇ ਤੋਂ ਜੇਕਰ ਗੱਲ ਕੀਤੀ ਜਾਵੇ ਸੀਸੀਟੀਵੀ ਦੀ ਤਾਂ ਸੀਸੀਟੀਵੀ ਦੇ ਵਿੱਚ ਸਾਫ਼ ਇਹ ਵੀ ਦੇਖਿਆ ਜਾ ਸਕਦਾ ਕਿ ਕੁਝ ਕੁ ਸੈਕਿੰਡਾਂ ਦੇ ਲਈ ਇਹ ਹਮਲਾ ਕੀਤਾ ਗਿਆ ਸੀ ਪਰ ਇਹ ਹਮਲਾ ਕੀਤਾ ਕਿਉਂ ਗਿਆ ਸੀ ਇਸ ਦੇ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਜੋ ਪੀੜਿਤ ਧਿਰ ਹੈ ਉਸਦਾ ਵੀ ਇਹੀ ਕਹਿਣਾ ਕਿ ਉਹਨਾਂ ਦੀ ਕਿਸੇ ਦੇ ਨਾਲ ਵੀ ਕੋਈ ਪੁਰਾਣੀ ਰੰਜਿਸ਼ ਨਹੀਂ ਹੈ ਪਰ ਇਹ ਹਮਲਾ ਕੀਤਾ ਕਿਉਂ ਪੁਲਿਸ ਇਸ ਦੇ ਬਾਰੇ ਜ਼ਰੂਰ ਪਤਾ ਕਰੇ ਅਤੇ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਕੰਮ ਕਰਦਾ ਪਿਆ ਤੇ ਮੈਂ ਬਸ ਥੋੜ੍ਹੀ ਦੇਰ ਤੱਕ ਤੁਰ ਪੈਣਾ 5-10 ਮਿੰਟਾਂ ਬਾਅਦ ਫਿਰ ਮੈਨੂੰ ਫੋਨ ਆ ਗਿਆ ਕਿ ਭੀਰ ਦਾ ਦਰ ਕੇ ਮੁੰਡੇ ਆਏ ਆ ਅਨੁਸ਼ਕਤੀ ਮੁੰਡੇ ਆ ਅਤੇ ਉਹ ਮੇਰੇ ਹਮਲਾ ਕਰਕੇ ਗਏ ਆ ਅਤੇ ਮੈਨੂੰ ਬੈਗ ਵਗੈਰਾ ਨਾਲ ਕੁੱਟ ਕੇ ਗਏ ਆ। ਮੈਂ ਉਹਨਾਂ ਨੂੰ ਕਿਹਾ ਕਿ ਪੁੱਛਿਆ ਵੀ ਕੌਣ ਕੌਣ ਕਿੱਥੋਂ ਦੇ ਆ ਕੌਣ ਮੁੰਡੇ ਆ ਕਿਹਨੇ ਮਾਸਕ ਲਗਾਇਆ ਉਹਨਾਂ ਨੇ ਅਤੇ ਇੱਦਾਂ ਕਰਕੇ ਮਾਰ ਕੇ ਦੌੜ ਗਏ। ਅਜੇ ਕੋਈ ਰੰਜਿਸ਼ ਵਗੈਰਾ ਵੀ ਹੈ? ਕੋਈ ਰੰਜਿਸ਼ ਨਹੀਂ, ਕੰਮ 2-3 ਦਿਨ ਪਹਿਲਾਂ ਕੋਈ ਲੜਾਈ ਝਗੜਾ ਹੋਇਆ? ਕੋਈ ਲੜਾਈ ਝਗੜਾ ਨਹੀਂ, ਕੋਈ ਕਿਸੇ ਨਾਲ ਕੋਈ ਇੱਦਾਂ ਦਾ ਸਾਡਾ ਰਿਕਾਰਡ ਹੀ ਹੈ ਨਹੀਂ ਕਿ ਕਿਸੇ ਨਾਲ ਲੜਾਈ ਝਗੜਾ ਕੀਤਾ ਹੋਵੇ। ਠੀਕ ਹੈ ਜੀ, ਨਾ ਮੇਰੀ ਮੰਮੀ ਦੀ ਰੰਜਿਸ਼ ਕਿਸੇ ਨਾਲ ਨਾ ਕੋਈ। ਭਾਈ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਇਸ ਮਹੱਲੇ ਦੇ ਵਿੱਚ? ਇਸ ਮਹੱਲੇ 'ਚ ਸਾਨੂੰ 5 ਸਾਲ ਹੋ ਗਏ, ਅਸੀਂ ਇਹ ਨਵੀਂ ਜਗ੍ਹਾ ਲਈ ਸੀ ਜੀ। ਹਾਂਜੀ, 5 ਸਾਲ ਹੋ ਗਏ ਆ। ਕੀ ਨਾਂ ਕੀ ਭਾਜੀ ਆਪਣਾ? ਮੇਰਾ ਨਾਂ ਹੈਪੀ ਹੈ। ਕਿਹੜੀ ਜਗ੍ਹਾ ਜਿਹੜੇ ਭਾਜੀ ਕੁੱਟਮਾਰ ਹੋਈ ਹੈ ਮਤਲਬ? ਇਹ ਅਮਨ ਨਗਰ। ਠੀਕ ਹੈ, ਕਿੱਦਾਂ ਦੇਖ ਘਰ ਦੇ ਵਿੱਚ ਉਸ ਟਾਈਮ ਕੌਣ ਕੌਣ ਮੌਜੂਦ ਸੀ? ਸਾਰੇ ਸੀਗੇ ਜੀ, ਇੱਥੇ ਬਾਹਰ ਬੈਠੇ ਸੀਗੇ, ਬਾਹਰ ਕੁੱਟ ਕੇ ਗਏ ਆ, ਇੱਥੇ ਮਾਰ ਕੇ ਗਏ ਆ। ਤੁਹਾਡੇ ਮਦਰ ਦੇ ਮਾਰੇ? ਹਾਂਜੀ ਹਾਂਜੀ। ਕੀ ਮਾਰਿਆ? ਕੀ ਹੈ? ਹਥਿਆਰ ਵੀ ਸੀਗੇ ਉਹਨਾਂ ਤੋਂ, ਕਿਰਪਾਨ ਸੀਗੀ ਤੇ ਆਪਣੇ ਬੈਸ ਬੈਡ ਮਾਰੇ ਉਹਨਾਂ। ਹਾਂਜੀ।